ਸੋ ਇਸ ਕਰਕੇ ਜੇ ਤੁਸੀਂ ਇਹ ਸਮਝੋ ਨਾ ਕੱਲ੍ਹ ਸੀ ਨਾ ਕੱਲ੍ਹ ਹੈ, ਅੱਜ ਹੈ। ਸਵੇਰੇ ਤੁਸੀਂ ਆਪਣਾ, ਅਸੀਂ ਤਾਂ ਸਵੇਰੇ ਸ਼ੁਰੂ ਹੋ ਜਾਂਦੇ 6-7 ਵਜੇ ਉੱਠ ਕੱਢਦੇ ਹਾਂ, ਰਾਤ ਦੇ 12 ਵਜੇ ਤੱਕ, ਦਿਨ 'ਚ ਇੱਕ ਵਾਰੀ 15 ਮਿੰਟ ਕੁਰਸੀ ਹੈ ਤਾਂ ਕੁਰਸੀ 'ਤੇ ਸੌਣਾ ਨਾ, ਜਿੱਥੇ ਵੀ। ਉਹ ਮੇਰੇ ਫਾਦਰ ਨੇ ਮੈਨੂੰ ਹੈਬਿਟ ਪਾਏ ਸੀ, ਉਹ ਕਹਿੰਦੇ ਜੇ ਸਾਰਾ ਦਿਨ ਇੱਕੋ ਜਿਹਾ ਕੰਮ ਕਰਨਾ ਨਾ ਤਾਂ ਹਰ 5 ਤੋਂ 8 ਘੰਟੇ ਬਾਅਦ ਇੱਕ ਬ੍ਰੇਕ ਲੈਣੇ, ਚਾਹੋ 15 ਮਿੰਟਸ ਦੀ ਹੈ ਚਾਹੋ 5 ਮਿੰਟ ਦੀ, ਜਿੱਥੇ ਤੈਨੂੰ ਵਕਤ ਮਿਲਦਾ ਸੌ ਲੈਣਾ, ਨੈਪ ਲੈ ਲੈਣਾ। ਮੇਰੇ ਬਚਪਨ ਤੋਂ ਉਹੀ ਚੱਲਦਾ ਆ ਰਿਹਾ ਅਤੇ ਮੈਂ ਬੜਾ ਸਕਸੈਸਫੁੱਲ ਹਾਂ। ਉਹ ਰਾਤ ਨੂੰ ਅਸੀਂ ਚਾਹੋ 3 ਵਜੇ ਤੱਕ ਸ਼ੂਟਿੰਗ ਕਰੀਏ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਨਾ ਮੈਂ ਟਾਇਰਡ ਫੀਲ ਕਰਦਾ। ਸੋ ਜ਼ਿੰਦਗੀ ਸਵੇਰ ਤੋਂ ਸ਼ਾਮ ਹੈ, ਔਰ ਇਸ ਸਾਰੇ ਦਿਨ 'ਚ ਤੁਸੀਂ ਮਹਿਕ ਛੱਡਣੀ ਹੈ। ਦੇਖੋ ਫੁੱਲ ਨੇ ਆਪਣੀ ਮਹਿਕ, ਜੇ ਤੁਸੀਂ ਖੁਸ਼ਬੂ ਛੱਡੋਗੇ ਲੋਕ ਸਤਿਕਾਰ ਕਰਨਗੇ, ਜੇ ਤੁਹਾਨੂੰ ਕੋਈ ਨਫ਼ਰਤ ਵੀ ਕਿੰਨਾ ਚਿਰ ਕਰੂਗਾ, ਗੁਲਾਬ ਦੀ ਕਿੰਨਾ ਚਿਰ ਨਫ਼ਰਤ ਕਰਾਂਗੇ ਆਪਾਂ, ਅਲਟੀਮੇਟਲੀ ਤਾਂ ਕਹਾਂਗੇ ਨਾ ਖੁਸ਼ਬੂ ਤਾਂ ਹੈ ਯਾਰ। ਸੋ ਆਪਣਾ ਚੰਗਾ ਕਰਮ ਕਰਦੇ ਜਾਓ, ਔਰ ਟਰੈਂਡ ਟਰੁੰਡ ਕੁਛ ਨਹੀਂ ਹੁੰਦਾ ਬੱਚੇ, ਕੁਛ ਨਹੀਂ ਹੁੰਦਾ, ਇਹ ਗੱਲਾਂ ਕੰਮ ਹੀ ਹੁੰਦਾ। ਜੇ ਤੁਸੀਂ ਆਪਣੇ ਕੈਰੀਅਰ ਦੀ ਮਿਆਦ ਹੀ 4 ਸਾਲ ਮਿੱਥ ਲਈ, ਫਿਰ 3.5 ਸਾਲ ਬਾਅਦ ਆਊਟ ਹੋ ਜਾਓਗੇ। ਜੇ ਤੁਸੀਂ ਇਹ ਮਿੱਥ ਲਈ ਕਿ ਮੈਂ ਤਾਂ ਜਦ ਤੱਕ ਸਾਹ ਐਂ ਕੰਮ ਕਰਨਾ, ਹਰ ਸਵੇਰ ਮੇਰੀ ਹੋਰ ਤਕੜੀ ਹੋ ਕੇ ਨਿਕਲਣੀ ਆ। ਜਿਵੇਂ ਜਿਵੇਂ ਤੁਸੀਂ ਵੱਧਦੇ ਹੋ, ਉਮਰ ਵੱਡੀ ਹੁੰਦੀ ਹੈ, ਤੁਹਾਡੀ ਬੁੱਧੀ ਜ਼ਹੀਨ ਹੁੰਦੀ ਹੈ, ਤੁਹਾਡੀ ਆਵਾਜ਼ ਭਰਵੀਂ ਹੁੰਦੀ ਹੈ ਅਤੇ ਤੁਹਾਡੀ ਸੋਚ ਹੋਰ ਵਾਸਤ ਹੁੰਦੀ ਹੈ। ਸੋ ਇੱਕ ਦਿਨ ਦਾ ਹੋਰ ਤਜਰਬਾ ਜੁੜ ਜਾਂਦਾ। ਸੋ ਕਦੇ ਇਹ ਨਹੀਂ ਸੋਚਣਾ, ਆਮ ਤੌਰ 'ਤੇ ਬੰਦਾ ਕਹਿ ਦਿੰਦਾ ਤੂੰ ਤਾਂ 30 ਸਾਲ ਦਾ ਹੋ ਗਿਆ, ਤੂੰ ਤਾਂ 40 ਦਾ ਹੋ ਗਿਆ, ਕੀ 20 ਸਾਲਿਆਂ ਨੂੰ ਪਤਾ ਵੀ ਉਹਨੇ ਕਿੰਨੇ ਸਾਲ ਜਿਉਣਾ। ਇੱਕ ਲੇਡੀ ਨੂੰ ਕੈਂਸਰ ਹੋ ਗਿਆ, ਬ੍ਰਿਟਿਸ਼ਰ ਲੇਡੀ ਸੀ, ਕਿਸੇ ਨੂੰ ਅੰਮ੍ਰਿਤਸਰ ਸਾਹਿਬ ਗੁਰੂ ਘਰ ਸੇਵਾ ਕਰਦੀ ਮਿਲੀ। ਉਹ ਗੱਲਾਂ ਕਰਦੀ ਕਰਦੀ ਨੇ ਦੱਸਿਆ ਵੀ ਮੈਨੂੰ ਕੈਂਸਰ ਹੋ ਗਿਆ ਅਤੇ ਮੇਰੀ ਡਾਕਟਰ ਨੇ ਕਿਹਾ 5 ਸਾਲ ਉਮਰ ਹੈ। ਉਹ ਕਹਿੰਦੇ ਤੈਨੂੰ ਡਰ ਨਹੀਂ ਲੱਗਦਾ ਤੇਰੀ 5 ਸਾਲ ਉਮਰ ਹੈ? ਉਹ ਕਹਿੰਦੀ ਮੈਨੂੰ ਤਾਂ ਪਤਾ 5 ਸਾਲ ਹੈਗੇ ਹੈ, ਕਿ ਤੈਨੂੰ ਪਤਾ ਤੇਰੀ ਕਿੰਨੀ ਹੈ? ਸੋ ਜ਼ਿੰਦਗੀ ਨੂੰ ਇਹ ਮਿੱਥ ਕੇ ਨਾ ਚੱਲੋ, ਹਾਂ ਆਪਣਾ ਕਰਮ ਕਰਦੇ ਚੱਲੋ। ਔਰ ਇਹ ਟਰੈਂਡ ਟਰੁੰਡ ਕੁਛ ਨਹੀਂ ਹੁੰਦਾ, ਅਸੀਂ ਤਾਂ ਕਦੇ ਫੇਕ ਕਲਿੱਕ ਕਰਾਈ ਨਹੀਂ, ਫਿਰ ਵੀ ਜਾ ਖੜਦਾ ਪਹਿਲੇ ਦੂਜੇ 'ਤੇ, ਹੈ ਨਾ। ਬਹੁਤ ਲੋਕ ਚੀਕਾਂ ਮਾਰਦੇ ਆ, ਆਹ ਤਾਂ ਕਲਿੱਕਾਂ ਤਾਂ ਪੁੱਛ, ਜਿੱਦਣ ਇਹ ਸੋਫਟਵੇਅਰ ਆ ਗਿਆ ਨਾ ਬੱਚੇ, ਆ ਜਾਣਾ। ਵੈਸੇ ਤਾਂ 2-4 ਸਾਇੰਟਿਸਟ ਮੇਰੇ ਦੋਸਤ ਆ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਐਪ ਬਣਾ ਕੇ ਦਿਉ, ਤੁਸੀਂ ਜਿੰਨੇ ਮਰਜ਼ੀ ਪੈਸੇ ਲੈ ਲਓ, ਜਿਹਦੇ 'ਚ ਕਿਸੇ ਦਾ MP3 ਪਾਇਆ ਕਰਾਂ ਅਤੇ ਯੂਟਿਊਬ ਵਾਲਾ ਕੱਢ ਕੇ ਦੱਸਦਾ ਕਰਾਂ ਵੀ ਇਹ 3.5 ਲੱਖ ਸੀ, ਇਹ 2 ਲੱਖ ਸੀ। ਅਸੀਂ ਤੁਹਾਡੇ ਮੂਹਰੇ ਕੀ ਦਾਵਾ ਕਰਦੇ ਹਾਂ? ਆਪਦਾ ਕਿਰਦਾਰ ਬੰਦਾ ਬਿਲਡ ਕਰਦਾ, ਜੇ 4 ਸੱਜਣ ਸੁਣਦੇ ਆ, ਮੋਇਆ ਕਰਦਾ ਮੈਂ ਕਰਦਾ। ਸਵੇਰੇ ਆਪਾਂ ਕਹਿੰਦੇ ਵੀ ਮੈਂ ਗੁਰੂ ਘਰੇ ਮੱਥਾ ਟੇਕਿਆ ਸੀ, ਅਤੇ ਸਭ ਤੋਂ ਵੱਡਾ ਝੂਠ ਤਾਂ ਅਸੀਂ ਬੋਲ ਰਹੇ ਹਾਂ ਕਿ ਗਾਣਾ 5 ਲੱਖ ਨੇ ਸੁਣਿਆ ਅਤੇ ਦਿਖਾ ਤਾ 50 ਲੱਖ, ਸਾਡੇ ਨਾਲ ਝੂਠਾ ਕੌਣ ਹੋਊਗਾ ਯਾਰ? ਫਿਰ ਅਸੀਂ ਕਿਉਂ, ਅਸੀਂ ਉਹਨਾਂ ਲੋਕਾਂ ਨੂੰ ਕਿਉਂ ਲਾਜ ਲਾਉਂਦੇ ਹਾਂ ਜਿਹੜੇ ਜਿਨ੍ਹਾਂ ਨੇ ਐਡੇ ਘਾਲਣਾ ਘਾਲੀਆਂ ਗੱਲਾਂ ਭਗਤ ਸਿੰਘ ਦੀਆਂ ਅਤੇ ਕਰਾਉਣੀਆਂ ਕਲਿੱਕਾਂ? ਯਾਰ ਇਹ ਗੱਲ ਸੋਭਾ ਦਿੰਦੀ ਆਪਾਂ ਨੂੰ ਨਾ, ਸੱਚ ਸੱਚ ਹੈ, ਜਿਹਨੇ ਸੁਣਨਾ ਉਹਨੇ ਸੁਣਨਾ ਨੇ। ਔਰ ਗਾਣੇ ਦਾ ਤੁਸਾਨੂੰ ਇੱਕ ਹੋਰ ਮੈਂ ਸੱਚੀ ਗੱਲ ਦੱਸਾਂ ਜਿਹੜੀ ਤੁਹਾਨੂੰ ਸ਼ਾਇਦ ਨਹੀਂ ਪਤਾ, ਕੋਈ ਵੀ ਫਾਰਮੈਟ ਜਦੋਂ ਸਮਾਜਿਕ ਮੀਡੀਆ 'ਤੇ ਆਉਂਦਾ ਨਾ, ਹੌਲੀ ਹੌਲੀ ਉਹ ਆਪਦੀ ਪਕੜ ਛੱਡਦਾ ਜਾਂਦਾ। ਇਸੇ ਤਰ੍ਹਾਂ ਯੂਟਿਊਬ ਜਿਹੜੀ ਪਹਿਲਾਂ ਸੀ ਉਹਦੀ ਪਕੜ ਬਹੁਤ ਘੱਟ ਗਈ, ਫੇਸਬੁੱਕ ਦਾ ਸ਼ੇਅਰ ਟੁੱਟ ਗਿਆ, ਲੋਸ 'ਚ ਜਾ ਰਹੀ ਹੈ, ਉਹਨਾਂ ਨੇ ਮੈਟਾਵਰਸ ਸ਼ੁਰੂ ਕਰਨਾ ਸੀ, ਸ਼ੁਰੂ ਨਹੀਂ ਕਰ ਪਾਏ, ਉਹਦੇ ਕੰਪੀਟੀਸ਼ਨ 'ਚ ਡੀਸੈਂਟਰਲੈਂਡ ਆ ਗਈ, ਉਹਨਾਂ ਨੇ ਪਹਿਲਾਂ ਡਿਵੈਲਪ ਕਰ ਲਏ ਕਾਲਪਨਿਕ ਸਿਟੀਜ਼ ਔਨਲਾਈਨ ਸ਼ੋਪਿੰਗ ਦੇ। ਸੋ ਦੁਨੀਆ ਨਾ ਜਿਹੜੀ ਇਹ ਬਹੁਤ ਝੂਠ ਬੋਲਦੀ ਹੈ, ਗੱਲਾਂ ਵੱਡੀਆਂ ਜਦੋਂ ਅਸੀਂ ਗੁਰੂ ਦੀ ਚਰਨਾਂ 'ਚ ਬੈਠ ਕੇ ਗੱਲ ਕਰਦੇ ਹਾਂ, ਫਿਰ ਸਾਡੇ ਮੂੰਹ 'ਚੋਂ ਝੂਠ ਕਿਵੇਂ ਨਿਕਲ ਸਕਦਾ ਹੈ? ਇਹਦਾ ਮਤਲਬ ਅਸੀਂ ਰੱਬ ਲਿਕੁਡ ਬਣਾ ਲਿਆ ਨਾ, ਵੀ ਸਾਡਾ ਰੱਬ ਇੱਦਾਂ ਦਾ ਹੈ, ਅਤੇ ਜਾਂ ਸਾਡਾ ਜਿਗਰ ਦਾ ਝੂਠ ਬੋਲੀਏ ਅਤੇ ਸਕੂਲ 'ਚ ਆਪਣੇ ਬੱਚਿਆਂ ਨੂੰ ਕੋਈ ਬੱਚੇ ਸਦਾ ਸੱਚ ਬੋਲੋ, ਇੱਦਾਂ ਨਹੀਂ ਹੁੰਦਾ। ਆਪ ਚਿੱਟੇ ਕੱਪੜੇ ਪਾ ਲਓ ਅਤੇ ਦੂਜੇ ਦੇ ਛਿੱਟੇ ਪਾਉਂਦੇ ਜਾਈ ਜਾਓ, ਇੱਦਾਂ ਨਹੀਂ, ਕਿਰਦਾਰ ਇੱਦਾਂ ਨਹੀਂ ਬਿਲਡ ਹੁੰਦੇ।
ਕਿਰਦਾਰ ਬਣਾਉਣਾ ਪੈਂਦਾ ਔਰ ਉਹਦੇ ਲਈ ਤੁਹਾਨੂੰ ਸਫ਼ਰ ਵੀ ਕਰਨਾ ਪੈਂਦਾ। ਸੋ ਮੰਨ ਲਓ ਤੁਸੀਂ ਅੱਜ ਕੋਈ ਕੰਮ ਕਰਦੇ, ਤੁਹਾਡੀ ਗੁੱਡ ਫਰੈਂਡ ਜੇ ਕੋਈ ਅੱਛਾ ਟਿਕਟੋਕ, ਉਹ ਕਹੂਗੀ ਮੈਨੂੰ ਤਾਂ ਇੰਨੇ ਮਿਲੀਅਨ ਦੇਖਦੇ, ਤਿੰਨ ਤਾਂ ਦੋ ਦੇਖਦੇ, ਪਰ ਦੋ ਕਦਰਦਾਨ ਹੋਣ। ਮੈਨੂੰ ਨਹੀਂ, ਮੈਂ ਕਲਿੱਕਾਂ ਤੋਂ ਦੂਰ ਹਾਂ। ਅੱਜ ਕੰਪਨੀ ਨੇ ਇੰਨਾ ਐਫਰਟ ਕਰਿਆ, ਐਡ ਕਰਿਆ, ਪਰ ਜਿਹੜੇ ਸਾਨੂੰ ਚਾਹੁਣ ਵਾਲਾ ਉਹਨਾਂ ਨੇ ਪਿੰਡ ਪਿੰਡ ਪੋਸਟਰ ਲਾ ਤੇ, ਬਸ ਆਹੀ ਕਮਾਈ ਹੈ।